ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਹਾਂ ਤੁਹਾਡੇ ਨਾਲ ਨਿਤਿਨ ਲੂਥਰਾ। ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਜਿੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਸਰਕਾਰਾਂ ਉਪਰਾਲੇ ਕਰ ਰਹੀਆਂ ਨੇ, ਹੁਣ ਇੱਕ ਐਨ ਜੀ ਓ ਜਿਹੜੀ ਕਿ ਫੋਰਨ ਦੀ ਹੈ, NRI ਸੰਸਥਾ ਹੈ, ਉਹ ਸਾਹਮਣੇ ਆਈ ਹੈ, ਟੈਂਟ ਸਿਟੀ ਲਗਾ ਰਹੀ ਹੈ। ਕਿਸੇ ਨੂੰ ਵੀ ਟੈਂਟ ਚਾਹੀਦਾ ਹੋਏ ਤਾਂ ਇਹਨਾਂ ਨਾਲ ਸੰਪਰਕ ਕਰੇ। ਔਨਲਾਈਨ ਬੁਕਿੰਗ ਵੀ ਹੈ ਔਰ ਮੈਨੂਅਲ ਬੁਕਿੰਗ ਵੀ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਦੇ ਤੁਹਾਡਾ ਸਵਾਗਤ ਹੈ। ਥੈਂਕ ਯੂ, ਅਸੀਂ ਆਪ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਇਹ ਦੱਸੋ ਕਿ ਇਹ ਕਿੰਨੀ ਜਗ੍ਹਾ ਦੇ ਵਿੱਚ ਟੈਂਟ ਲੱਗ ਰਿਹਾ, ਕਿੰਨੇ ਟੈਂਟ ਲੱਗ ਰਹੇ ਆ ਔਰ ਕਿਹਦੇ ਵੱਲੋਂ ਲਗਾਏ ਜਾ ਰਹੇ? ਅਸੀਂ ਨਾ ਜੀ ਇਹ 6 ਏਕੜ ਦੇ ਵਿੱਚ ਤਕਰੀਬਨ 60 ਪਕੌਡਾ ਕਨੋਪੀ ਮੀਨਸ ਹਾਊਸਿੰਗ ਪ੍ਰੋਜੈਕਟ ਆ ਅਤੇ ਇੱਕ ਵੱਡਾ ਹਾਲ ਆ ਬ੍ਰਿਟਿਸ਼ ਸਿੱਖ ਕੌਂਸਲ UK ਵੱਲੋਂ ਭਾਈ ਤਰਸੇਮ ਸਿੰਘ ਜੀ ਦਿਓਲ ਵੱਲੋਂ ਇਹ ਲਗਾਇਆ ਜਾ ਰਿਹਾ ਤਾਂ ਕਿ ਜੋ ਕਰਤਾਰਪੁਰ ਸਾਹਿਬ ਲੰਘੇ ਸੰਗਤਾਂ ਦਰਸ਼ਨ ਕਰਨ ਆਉਣਗੀਆਂ ਉਹਨਾਂ ਦੀ ਰਿਹਾਇਸ਼ ਵਾਸਤੇ ਅਸੀਂ ਤਕਰੀਬਨ 1.5 ਮਹੀਨਾ ਇੱਥੇ ਰਹਾਂਗੇ ਅਤੇ ਜਿੰਨਾ ਈਜ਼ੀਲੀ ਉਹਨਾਂ ਨੂੰ ਮਤਲਬ ਅਸੀਂ ਪ੍ਰਬੰਧ ਦੇ ਸਕੀਏ ਅਤੇ ਜਿੰਨਾ ਬੈਸਟ ਦੇ ਸਕੀਏ ਉਹਦੇ ਵਾਸਤੇ ਸਾਰਾ ਪ੍ਰਬੰਧ ਕੀਤਾ ਗਿਆ। ਅਸੀਂ ਇਹਦੀ ਔਨਲਾਈਨ ਬੁਕਿੰਗ ਵੀ ਰੱਖੀ ਆ, ਔਫਲਾਈਨ ਬੁਕਿੰਗ ਵੀ ਰੱਖੀ ਆ। ਔਨਲਾਈਨ ਕੋਈ ਵੀ ਸਾਡੀ ਸੰਗਤ ਜਾਂ ਵੀਰ ਕੋਈ ਵੀ ਆਉਣਾ ਚਾਹੁੰਦਾ ਤਾਂ ਉਹ ਅਸੀਂ ਇੱਕ ਨੰਬਰ ਇਸ਼ੂ ਕੀਤਾ 9890970096। ਇਸ ਤੋਂ ਬਿਨਾਂ ਤੁਸੀਂ ਵੈਬਸਾਈਟ 'ਤੇ ਜਾ ਕੇ ਵੀ ਬ੍ਰਿਟਿਸ਼ ਸਿੱਖ ਕੌਂਸਲ UK.org 'ਤੇ ਵੀ ਤੁਸੀਂ ਮਤਲਬ ਔਨਲਾਈਨ ਬੁਕਿੰਗ ਕਰਾ ਸਕਦੇ ਹੋ। ਔਫਲਾਈਨ ਬੁਕਿੰਗ ਅਸੀਂ 60% ਡੇਲੀ ਦਾ ਰੱਖਿਆ ਕਿ ਉਰੇ ਆਓ ਅਤੇ ਆਧਾਰ ਕਾਰਡ ਦਿਓ, ਨਾਲ ਦੀ ਨਾਲ ਸਾਤੋਂ ਰੂਮ ਲੈ ਲਓ। ਸੁਵਿਧਾਵਾਂ ਦੀ ਗੱਲ ਕੀਤੀ ਜਾਵੇ ਤਾਂ ਸੰਗਤਾਂ ਜਿਹੜੀਆਂ ਆਉਣਗੀਆਂ ਉਹਨਾਂ ਲਈ ਕੀ ਸੁਵਿਧਾਵਾਂ ਤੁਹਾਡੀ ਜਿਹੜੀ ਸੰਸਥਾ ਵੱਲੋਂ ਦਿੱਤੀਆਂ ਜਾ ਰਹੀਆਂ? ਰਿਹਾਇਸ਼ ਦੇ ਨਾਲ ਅਸੀਂ ਇੱਥੇ ਭੋਜਨ ਪਾਣੀ ਦਾ ਵੀ ਸਾਰਾ ਪ੍ਰਬੰਧ ਕੀਤਾ, ਉਹਦੇ ਨਾਲ ਅਸੀਂ ਮੁੱਢਲਾ ਚੈੱਕਅਪ, ਫਾਸਟ ਏਡ, ਡਾਕਟਰ ਦੀ ਟੀਮ 24 ਘੰਟੇ ਇੱਥੇ ਜਿੰਨਾ ਚਿਰ ਅਸੀਂ ਟੈਂਟ ਲਗਾ ਕੇ ਰੱਖਾਂਗੇ ਉਹਦੇ ਰਹੂਗੀ। ਫਾਇਰ ਦੇ ਪੂਰੇ ਇਕਿਊਪਮੈਂਟਸ ਅਸੀਂ ਰੱਖੇ ਨੇ, ਰੱਬ ਨਾ ਕਰੇ ਕਿਸੇ ਕਿਸਮ ਦੀ ਉਨੀਕੀ ਗੱਲ ਹੋ ਜਾਵੇ, ਅਸੀਂ ਫਾਇਰ ਨੂੰ ਇੰਸਟਰਕਸ਼ਨ ਫੋਲੋ ਕਰਕੇ ਇਹ ਸਾਰਾ ਕੈਂਪਸ ਡਿਜ਼ਾਈਨ ਕੀਤਾ। ਇਹਦੇ ਨਾਲ ਨਾਲ ਅਸੀਂ ਪਲਾਂਟੇਸ਼ਨ ਦੇ ਰਹੇ ਹਾਂ, ਗਾਰਡਨਿੰਗ ਏਰੀਆ ਛੱਡ ਰਹੇ ਹਾਂ, ਕਿਸੇ ਸੰਗਤ ਬਾਹਰ ਆ ਕੇ ਥੋੜ੍ਹਾ ਬੈਟਰ ਫੀਲ ਕਰਨਾ ਚਾਹੁੰਦੀ ਉੱਥੇ ਬੈਠ ਕੇ ਅਸੀਂ ਸੰਗਤ ਮਹਿਸੂਸ ਕਰ ਸਕਦੀ। ਇਹਦੇ ਨਾਲ ਨਾਲ ਹਰੇਕ ਚੀਜ਼ ਅਸੀਂ ਲੈ ਕੇ ਚੱਲੇ ਹਾਂ ਕਿ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਆ, ਨਾਲ ਨਹਾਉਣ ਧੋਣ ਦਾ ਪ੍ਰਬੰਧ ਆ, ਭੋਜਨ ਪਾਣੀ ਦਾ ਪ੍ਰਬੰਧ ਆ, ਮੁੱਢਲੀਆਂ ਸਹਾਇਤਾ ਮੀਨਸ ਜਿੱਦਾਂ ਬਿਮਾਰੀ ਟਮਾਰੀ ਹਰੇਕ ਚੀਜ਼ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਕਿੰਨੀ ਜਗ੍ਹਾ ਹੈ ਔਰ ਕਿੰਨੇ ਦਿਨ ਇਹ ਟੈਂਟ ਇੱਥੇ ਲੱਗਾ ਰਹੇਗਾ, ਇੱਕ ਜਿਹੜੀ ਸੰਗਤ ਆਏਗੀ ਸੰਗਤ ਨੂੰ ਕਿੰਨੇ ਦਿਨ ਲਈ ਇਹ ਟੈਂਟ ਮਿਲੇਗਾ? ਦੇਖੋ ਜੀ, ਜਿਹੜਾ ਇਹ 6 ਏਕੜ ਦੇ ਵਿੱਚ ਜਿਹੜਾ ਟੈਂਟ ਲਗਾਇਆ ਜਾ ਰਿਹਾ ਹੈ ਅਤੇ ਤਕਰੀਬਨ 1 ਮਹੀਨੇ ਤੋਂ ਜ਼ਿਆਦਾ ਜਿਹੜਾ ਸਮਾਂ ਇੱਥੇ ਸੰਗਤਾਂ ਦੀ ਰਿਹਾਇਸ਼ ਦਾ ਜਿਹੜਾ ਪ੍ਰਬੰਧ ਕੀਤਾ ਗਿਆ, ਕਿਉਂਕਿ ਇਹ ਟਾਈਮ ਆ ਜਿਹੜਾ ਚੱਲ ਰਿਹਾ ਹੁਣ ਗੁਰੂ ਨਾਨਕ ਸਾਹਿਬ ਦੇ ਜਿਹੜੇ ਗੁਰਪੁਰਬ ਦਾ ਟਾਈਮ ਚੱਲ ਰਿਹਾ, ਸੰਗਤਾਂ ਦਾ ਬਹੁਤ ਜ਼ਿਆਦਾ ਜਿਹੜਾ ਰੁੱਖ ਆ ਜਿਹੜਾ ਪੰਜਾਬ ਦੇ ਵਿੱਚੋਂ ਕੀ ਪੂਰੀ ਜਾਣੀ ਕਿ ਦੁਨੀਆ ਆਪਾਂ ਕਹਿ ਲਈਏ ਜਿੱਥੇ ਵੀ ਪੰਜਾਬੀ ਬੈਠੇ ਨੇ ਉਹ ਸਾਰੇ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਜਗ੍ਹਾ ਚਰਨ ਛੋਹ ਪ੍ਰਾਪਤ ਧਰਤੀ ਆ ਉੱਥੇ ਨਤਮਸਤਕ ਹੋਣਾ ਚਾਹੁੰਦੇ ਨੇ, ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਪੂਰੇ ਭਾਰਤ ਦੇ ਵਿੱਚੋਂ ਬਹੁਤ ਲੋਕ ਜਿਹੜੇ ਪਹੁੰਚ ਰਹੇ ਨੇ ਪੰਜਾਬ ਦੇ ਵਿੱਚ, ਉਹਨਾਂ ਦੀ ਰਿਹਾਇਸ਼ ਦੇ ਲਈ ਇਹ ਘੱਟੋ ਘੱਟ ਜਾਣੀ ਕਿ 1.5 ਮਹੀਨੇ 1 ਤੋਂ ਲੈ ਕੇ 1.5 ਮਹੀਨੇ ਤੱਕ ਦਾ ਜਿਹੜਾ ਇਹ ਪ੍ਰੋਜੈਕਟ ਹੈਗਾ। ਜੇ ਲੱਗਦਾ ਹੋਇਆ ਵੀ ਸੰਗਤਾਂ ਜ਼ਿਆਦਾ ਆਉਂਦੀਆਂ ਨੇ ਤਾਂ ਇਹਨੂੰ ਜਿਹੜਾ ਅੱਗੇ ਵੀ ਕੈਰੀ ਔਨ ਕੀਤਾ ਜਾਵੇ। ਸੰਗਤ ਜਿਹੜੀ ਆਏਗੀ ਤੁਹਾਡੇ ਕੋਲ ਰਜਿਸਟ੍ਰੇਸ਼ਨ ਕਰਵਾਏਗੀ, ਉਹਨੂੰ ਕਿੰਨੇ ਦਿਨ ਲਈ ਇਹ ਟੈਂਟ ਦਿੱਤਾ ਜਾਏਗਾ? ਦੇਖੋ ਜੀ, 1 ਦਿਨ ਜਿਹੜਾ ਪੰਜਾਬ ਤੋਂ ਲੋਕਲ ਜਿਹੜੇ ਹੈਗੇ ਨੇ ਜਾਂ ਕਹਿ ਲਈਏ ਆਪਾਂ 300 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਨੇ, ਉਹਨਾਂ ਨੂੰ 1 ਦਿਨ ਦੇ ਲਈ ਰਿਹਾਇਸ਼ ਦਿੱਤੀ ਜਾਊਗੀ। ਜੇ ਕੋਈ ਆਊਟ ਸਟੇਟ ਤੋਂ ਆਉਂਦਾ, ਚਾਹੇ ਉਹ ਆਪਣੇ ਕਹਿ ਲਓ 300 ਕਿਲੋਮੀਟਰ ਦੇ ਦਾਇਰੇ ਤੋਂ ਜਿਹੜਾ ਜ਼ਿਆਦਾ ਦੂਰੀ ਤੈਅ ਕਰਕੇ ਆਉਂਦਾ, ਉਹਨਾਂ ਦੇ ਲਈ 2 ਦਿਨਾਂ ਦੀ ਜਿਹੜੀ ਰਿਹਾਇਸ਼ ਜਿਹੜੀ ਦਿੱਤੀ ਜਾਊਗੀ। ਇਹਦੇ ਲਈ ਕੋਈ ਫੀਸ ਮਿਨੀਮਮ ਰੱਖੀ ਹੈ ਤੁਸੀਂ ਜਾਂ ਫਿਰ ਇਹ ਫ੍ਰੀ ਸੇਵਾ ਰਹੇਗੀ? ਨਹੀਂ ਜੀ, ਬਿਲਕੁਲ ਇਹ ਫ੍ਰੀ ਸੇਵਾ। ਭਾਈ ਤਰਸੇਮ ਸਿੰਘ ਜੀ ਦਿਓਲ ਜਿਹੜੇ ਬ੍ਰਿਟਿਸ਼ ਸਿੱਖ ਕੌਂਸਲ ਦੇ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ, ਉਹਨਾਂ ਵੱਲੋਂ ਪਹਿਲਾਂ ਵੀ ਬਹੁਤ ਜ਼ਿਆਦਾ ਜਿਹੜਾ ਕਹਿ ਲਓ 15 ਸਾਲਾਂ 16 ਸਾਲਾਂ ਤੋਂ ਜਿਹੜਾ ਇਹ ਪ੍ਰੋਜੈਕਟ ਚੱਲ ਰਹੇ ਨੇ, ਮੱਧ ਪ੍ਰਦੇਸ਼ ਦੇ ਵਿੱਚ, ਮਹਾਰਾਸ਼ਟਰਾ ਵਗੈਰਾ ਦੇ ਵਿੱਚ ਜਿਹੜੇ ਸਿਗਲੀਗਰ ਬਣ ਜਾ ਰਹੇ ਬੱਚੇ ਨੇ, ਉਹਨਾਂ ਦੀ ਜਿਹੜੀ ਸਟੱਡੀ ਕਰਵਾ ਰਹੇ ਨੇ ਉੱਧਰ, ਉਹਨਾਂ ਦਾ ਜਿਹੜਾ ਕਹਿ ਲਓ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਗੱਲ ਕਰ ਲਈਏ ਵੀ ਉਹ ਬਹੁਤ ਜਾਣੀ ਕਿ ਕਹਿ ਲਓ ਵੀ ਉਹ ਸਮਰਪਿਤ ਨੇ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਆ ਉਹਦੀ ਸੇਵਾ ਕਰਨ ਦੇ ਵਿੱਚ ਹੀ ਉਹ ਲੱਗੇ ਰਹਿੰਦੇ ਨੇ। ਇੰਟੀਰੀਅਰ ਦੀ ਗੱਲ ਕੀਤੀ ਜਾਵੇ
ਹੋਵੇ ਤਾਂ ਇੰਟੀਰੀਅਰ ਦੇ ਵਿੱਚ ਕੀ ਦੇ ਰਹੇ ਹੋ? ਅਸੀਂ ਇਹਦੇ ਵਿੱਚ ਇੰਟੀਰੀਅਰ 'ਚ ਪਹਿਲਾਂ ਤਾਂ ਬੇਸਿਕਲੀ ਜਿੰਨੀ ਵੀ ਅਸੀਂ ਜਿਹੜੀ ਵੀ ਵਿਛਾਈ ਰੱਖੀ ਆ ਉਹ ਪੁਰਾਤਨ ਤਰੀਕੇ ਨਾਲ ਅਸੀਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜ੍ਹੀ ਸੰਗਤ ਨੂੰ ਇੱਥੇ ਆਵੇ, ਪੁਰਾਤਨ ਫੀਲ ਆਵੇ। ਜਿੰਨਾ ਵੀ ਅੰਦਰ ਇੰਟੀਰੀਅਰ ਲਾਈਟਿੰਗ ਆ, ਵਾਰਮ ਇਫੈਕਟ ਦੇਵਾਂਗੇ, ਮੀਨਸ ਪੁਰਾਤਨਤਾ ਹੀ ਝਲਕੇ ਜਿਹੜੀ ਵੀ ਸੰਗਤ ਇੱਥੇ ਆਵੇ ਉਹਨੂੰ ਇੱਦਾਂ ਫੀਲ ਹੋਵੇ ਕਿ ਅਸੀਂ ਮਹਾਰਾਜ ਦੇ ਚਰਨਾਂ 'ਚ ਆਏ ਹਾਂ ਅਤੇ ਉਹ ਕਿਸਮ ਦਾ ਸਾਨੂੰ ਵਾਤਾਵਰਨ ਜਿੱਦਾਂ ਦਾ ਇੱਥੇ ਧਰਤੀ ਆ ਉੱਦਾਂ ਦੇ ਅਨੁਕੂਲ ਸਾਨੂੰ ਮਿਲੇ। ਇਹ ਸਨ ਸੰਸਥਾ ਦੇ ਲੋਕ ਜਿਹੜੇ ਕਿ ਆ ਕੇ ਇੱਥੇ ਸੇਵਾ ਕਰ ਰਹੇ ਨੇ। ਲੁਧਿਆਣੇ ਤੋਂ ਇੱਥੇ ਡੇਰਾ ਬਾਬਾ ਨਾਨਕ ਪਹੁੰਚੇ ਨੇ ਔਰ ਡੇਢ ਮਹੀਨਾ ਇਹ ਟੈਂਟ ਲੱਗੇ ਰਹਿਣਗੇ। ਕਿਸੇ ਸੰਗਤ ਨੇ ਆਉਣਾ ਹੋਵੇ ਔਨਲਾਈਨ ਬੁਕਿੰਗ ਵੀ ਕਰਵਾ ਸਕਦਾ ਹੈ ਔਰ ਔਫਲਾਈਨ ਬੁਕਿੰਗ ਵੀ ਕਰਵਾ ਸਕਦਾ ਹੈ। 300 ਕਿਲੋਮੀਟਰ ਦੇ ਦਾਇਰੇ 'ਚ ਜਿਹੜੀ ਸੰਗਤ ਆਏਗੀ ਉਸਨੂੰ ਇੱਕ ਦਿਨ ਲਈ ਟੈਂਟ ਮਿਲੇਗਾ, ਜਿਹੜੀ 300 ਕਿਲੋਮੀਟਰ ਤੋਂ ਦੂਰ ਆਏਗੀ ਉਸਨੂੰ ਵੱਧ ਦਿਨਾਂ ਲਈ ਵੀ ਇੱਥੇ ਜਿਹੜਾ ਟੈਂਟ ਮੁਹੱਈਆ ਕਰਵਾ ਸਕਦਾ। ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਇਹ ਜਿਹੜਾ ਮਾਹੌਲ ਇੱਥੇ ਤੁਹਾਨੂੰ ਦਿੱਤਾ ਜਾਏਗਾ। ਕੈਮਰਾਮੈਨ ਵਿੱਕੀ ਦੇ ਨਾਲ ਡੇਲੀ ਪੋਸਟ ਪੰਜਾਬੀ ਲਈ ਨਿਤਿਨ ਲੂਥਰਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ ਬਲਕਿ $3,000-5,000 ਦੀ ਸਕਾਲਰਸ਼ਿਪ ਵੀ ਟਾਈਮ ਸਿਰ ਅਪਲਾਈ ਕਰਕੇ ਹਾਸਲ ਕਰ ਪਾਓਗੇ।